ਜੀ, ਕੀ ਹਾਲ ਚਾਲ? ਇਲੈਕਟ੍ਰੋਲਾਈਟ ਡਰਿੰਕ ਦੇ ਬਾਰੇ, ਜਾਂ ਮੈਂ ਉਹਨੂੰ ਕਹਿੰਦਾ ਵੀ ਸ਼ਕਤੀ ਡਰਿੰਕ ਦੇ ਬਾਰੇ ਬਹੁਤ ਮੈਸੇਜ ਆ ਰਹੇ ਸੀ, ਤਾਂ ਅੱਜ ਮੈਂ ਤੁਹਾਨੂੰ ਲਾਈਵ ਡੈਮੋ ਦਿਖਾਉਣਾ ਵੀ ਕਿਹੜੇ ਕਿਹੜੇ ਇਲੈਕਟ੍ਰੋਲ ਡਰਿੰਕ ਮੈਂ ਲੈ ਰਿਹਾਗਾ। ਇਹ ਵੀਡੀਓ ਦੇਖਣੀ ਬਹੁਤ ਜ਼ਰੂਰੀ ਹੈ, ਇਟ ਕੈਨ ਸੇਵ ਯੂ ਲੋਟ ਆਫ ਟ੍ਰਬਲ ਇਫ ਤੁਸੀਂ ਲੌਂਗ ਫਾਸਟਿੰਗ ਕਰ ਰਹੇ ਹੋ। ਇਟ ਕੈਨ ਮੇਕ ਯੂਰ ਫਾਸਟਿੰਗ ਸੇਫ। ਇਹਦੇ ਨਾਲ ਕੀ ਹੋਣਾ ਕਿ ਤੁਹਾਨੂੰ ਫਾਸਟਿੰਗ ਦੇ ਪ੍ਰੋਪਰ ਬੈਨੀਫਿਟ ਮਿਲਣਗੇ ਬਿਨਾਂ ਕਿਸੇ ਟ੍ਰਬਲ ਦੇ ਆਏ। ਤਾਂ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂਗੇ। ਸਭ ਤੋਂ ਪਹਿਲਾਂ ਆਪਣੇ ਕੋਲ ਹੈਗਾ ਬੇਕਿੰਗ ਸੋਡਾ, ਬਾਇਕਾਰਬ ਸੋਡਾ ਕਹਿੰਦੇ, ਨੋਟ ਬੇਕਿੰਗ ਪਾਊਡਰ। ਹਲਕਾ ਨਹੀਂ ਕਰਦਾ ਸਰੀਰ ਨੂੰ, ਕਿਡਨੀ ਦੇ ਪ੍ਰੈਸ਼ਰ ਨਹੀਂ ਪੈਣ ਦਿੰਦਾ। ਜਦੋਂ ਇੰਨੇ ਦਿਨ ਖਾਣਾ ਨਹੀਂ ਜਾਂਦਾ ਤਾਂ ਕਿਡਨੀ ਅੰਦਰੋਂ ਫੈਟ ਪੱਟਦੀ ਹੈ ਅਤੇ ਕਿਡਨੀ 'ਤੇ ਜ਼ੋਰ ਪੈਂਦਾ। ਮੈਨੂੰ ਵੀ ਜ਼ੋਰ ਫੀਲ ਹੋ ਰਿਹਾ ਸੀ। ਦੈਟ ਇਟ ਵਿਲ ਹੈਲਪ ਯੂ ਵਿਦ ਦੈਟ, ਅਤੇ ਐਨਰਜੀ ਦੇ ਵਿੱਚ ਵੀ ਹੈਲਪ ਕਰੂਗਾ। ਇਹ ਪਹਿਲਾ ਆਪਣਾ ਇਲੈਕਟ੍ਰੋਲਾਈਟ ਹੈਗਾ। ਨੰਬਰ 2 'ਤੇ ਹੈਗਾ ਆਪਣੇ ਕੋਲ ਹਿਮਾਲਿਅਨ ਪਿੰਕ ਸੋਲਟ। ਇਹ ਤੁਸੀਂ ਕਿਸੇ ਵੀ ਸੁਪਰ ਮਾਰਕੀਟ ਤੋਂ ਕਿਤੋਂ ਵੀ ਲੈ ਸਕਦੇ ਹੋਗੇ। ਇਹਦਾ ਅੱਧਾ ਚਮਚਾ ਪਾਉਣਾ ਹੈਗਾ। ਇਹ 'ਚ 84 ਟਰੇਸ ਮਿਨਰਲਸ ਨੇ ਆਮ ਨਮਕ ਦੇ ਨਾਲੋਂ। ਨੰਬਰ 3 'ਤੇ ਹੈਗਾ ਆਪਣੇ ਕੋਲ ਪੋਟਾਸ਼ੀਅਮ ਕਲੋਰਾਈਡ ਲਾਈਟ ਸੋਲਟ ਕਹਿੰਦੇ ਆ। ਇਹ 50% ਘੱਟ ਸੋਡੀਅਮ ਔਰ ਸੋਲਟ ਦੇ ਨਾਲੋਂ, ਪਰ ਇਹਦੇ ਵਿੱਚ ਜਿਹੜਾ ਮੇਨ ਇੰਗਰੀਡੀਅੰਟ ਆ ਉਹ ਪੋਟਾਸ਼ੀਅਮ ਕਲੋਰਾਈਡ। ਇਹ ਜਿਵੇਂ ਕਹਿ ਲਓ ਸ਼ੂਗਰ ਵਾਲਿਆਂ ਦੀ ਇਕੁਅਲ ਸ਼ੂਗਰ ਹੁੰਦੀ ਆ, ਕਿ ਸ਼ੂਗਰ ਆ ਪਰ ਉਹ 'ਚ ਕੈਲਰੀ ਵੀ ਹੈ ਨਹੀਂ। ਉਵੇਂ ਹੀ ਨੂਣ ਵਾਲਿਆਂ ਦਾ ਘੱਟ ਸੋਡੀਅਮ ਵਾਲਾ ਸੋਲਟ ਆ। ਕਿਸੇ ਦਾ ਵੈਸੇ ਬਲੱਡ ਸ਼ੂਗਰ ਵੱਧਦੀ ਹੋਵੇ ਤਾਂ ਉਹ ਨੂਣ ਘੱਟ ਖਾਣਾ ਤਾਂ ਇਸ ਚੀਜ਼ ਨੂੰ ਯੂਜ਼ ਕੀਤਾ ਜਾ ਸਕਦਾ। ਪਰ ਇਹਦੇ ਵਿੱਚ ਮੇਨ ਆਪਣਾ ਮੁੱਦਾ ਲੈਣ ਦਾ ਹੈਗਾ ਪੋਟਾਸ਼ੀਅਮ ਕਲੋਰਾਈਡ। ਇਹਦਾ ਆਪਾਂ 1 ਚਮਚਾ ਪਾਉਣਾ, ਕਿਉਂਕਿ ਇਹ ਵੀ ਨੂਣ ਹੀ ਆ। ਇਹਦਾ ਅੱਧਾ ਇਹਦਾ 1, ਕਿਉਂਕਿ ਇਹਨੇ ਫਿਰ ਰੇਸ਼ੋ ਸੈੱਟ ਕਰ ਦੇਣੀ ਹੈਗੀ। ਫਿਰ ਅੱਗੇ ਹੈਗਾ ਮੈਗਨੀਜ਼ੀਅਮ। ਮੈਗਨੀਜ਼ੀਅਮ ਰਾਤ ਨੂੰ ਆਪਾਂ ਲੈਣਾ ਸੌਣ ਲੱਗੇ, ਮਸਲ ਕਰੈਂਪਸ ਦੇ ਵਿੱਚ ਹੈਲਪ ਕਰਦਾ ਹੈਗਾ। ਕੋਈ ਕਰੈਂਪਸ ਬਹੁਤ ਹੁੰਦੇ ਜਦੋਂ ਆਪਾਂ ਨਹੀਂ ਖਾਂਦੇ ਇੰਨਾ ਟਾਈਮ, ਅਤੇ ਸਲੀਪ ਦੇ ਵਿੱਚ ਹੈਲਪ ਕਰਦਾ ਹੈਗਾ। ਪੋਟਾਸ਼ੀਅਮ ਵੀ ਬਹੁਤ ਜ਼ਰੂਰੀ ਹੈਗਾ। ਕੋਈ ਬਲੱਡ 'ਚ ਪੋਟਾਸ਼ੀਅਮ ਲੈਵਲ ਅਗਰ ਲੋਅ ਹੋ ਜਾਏ, ਯੂ ਕੈਨ ਗੈਟ ਇਨ ਟੂ ਟ੍ਰਬਲ ਸੱਚ ਐਜ਼ ਵੀਕਨੈਸ ਹੁੰਦੀ ਆ, ਟਾਇਰਡਨੈਸ ਹੁੰਦੀ ਹੈ, ਕਨਫਿਊਜ਼ਨ ਹੁੰਦੀ ਹੈਗੀ, ਕਰੈਂਪਿੰਗ ਹੁੰਦੀ ਹੈਗੀ। ਅਗਰ ਤੁਹਾਨੂੰ ਪੋਟਾਸ਼ੀਅਮ ਕਲੋਰਾਈਡ ਦਾ ਇਹ ਸਪੈਸੀਫਿਕ ਬ੍ਰਾਂਡ ਨਹੀਂ ਮਿਲਦਾ, ਕੁਛ ਇਕੱਲੀ ਗੱਲ ਨਹੀਂ, ਬਸ ਗੂਗਲ ਜਾ ਕੇ ਪੋਟਾਸ਼ੀਅਮ ਕਲੋਰਾਈਡ ਪਾਓ ਅਤੇ ਜੋ ਵੀ ਤੁਹਾਨੂੰ ਉੱਥੇ ਪਾਊਡਰ ਵਗੈਰਾ ਉਹ ਡਾਇਰੈਕਟ ਹੀ ਤੁਹਾਨੂੰ ਮਿਲ ਜਾਣਾ। ਇਹਦਾ ਫਿਰ ਵੀ ਚਲੋ ਇਹਦੇ ਵਿੱਚ ਸੋਡੀਅਮ ਸੋਡੀਅਮ ਵਾਲਾ ਚੱਕਰ ਪਾਇਆ ਹੋਇਆ, ਇਹਦੇ ਵਿੱਚ ਨੂਣ ਪਾਇਆ ਹੋਇਆ ਉਹਨਾਂ ਨੇ ਥੋੜ੍ਹਾ ਜਿਹਾ। ਪੋਟਾਸ਼ੀਅਮ ਕਲੋਰਾਈਡ ਡਾਇਰੈਕਟ ਹੀ ਤੁਹਾਨੂੰ ਬੈਗ ਮਿਲ ਜਾਂਦਾ, ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋਗੇ। ਅਗਲਾ ਹੈਗਾ ਆਪਣੇ ਕੋਲ ਨਿੰਬੂ। ਨਿੰਬੂ ਮੈਂ ਫਰੈਸ਼ ਹੀ ਤੋੜ ਕੇ ਲਿਆ। ਨਿੰਬੂ ਤੁਸੀਂ ਕੱਟ ਕੇ ਅੱਧਾ, 2 ਲੀਟਰ ਆ ਪਿਆ ਪਾਣੀ, 2 ਲੀਟਰ ਪਾਣੀ ਦੇ ਵਿੱਚ ਬੇਕਿੰਗ ਸੋਡਾ 1 ਚਮਚਾ, ਲੂਣ 1/2 ਚਮਚਾ, ਪੋਟਾਸ਼ੀਅਮ ਕਲੋਰਾਈਡ 1 ਚਮਚਾ। ਆ ਰਾਤ ਨੂੰ ਸੌਣ ਲੱਗੇ ਅਤੇ ਪਲੱਸ ਤੁਸੀਂ ਨਿੰਬੂ ਨਿਚੋੜ ਲੈਣਾ 2 ਲੀਟਰ ਪਾਣੀ ਦੇ ਵਿੱਚ। ਅਗਰ ਤੁਹਾਨੂੰ ਲੱਗਦਾ ਕਿ ਤੁਹਾਡਾ 4 ਲੀਟਰ ਪਾਣੀ ਪੀਣ ਦਾ ਜੀ ਕਰ ਰਿਹਾ, ਅਗਰ ਤੁਸੀਂ ਇਸ ਤਰ੍ਹਾਂ ਫਾਸਟ ਕਰ ਰਹੇ ਹੋਗੇ, ਤਾਂ ਤੁਸੀਂ ਅਗੇਨ 2-2 ਲੀਟਰ ਦੇ ਹਿਸਾਬ ਨਾਲ ਬੈਚ ਬਣਾਉਣਾ ਹੈਗੇ, ਦੇਖ ਕੇ ਚਮਚਾ ਪਾਉਣਾ। ਪਲੱਸ ਮੈਂ ਇੱਕ ਨਵਾਂ ਟਰਾਈ ਕੀਤਾ ਸੀ ਇਸ ਵਾਰ ਦੀ ਫਾਸਟਿੰਗ ਦੇ ਵਿੱਚ, ਪਾਵਰਏਡ ਦਾ ਡਰਿੰਕ ਹੈਗਾ। ਇਹ 'ਚ 2-4 ਕੈਲਰੀ ਆਈ ਨੇ ਬਸ, ਪਰ ਇਹਦੇ ਵਿੱਚ ਬਾਕੀ ਦੇ ਉਹ ਸਾਰੇ ਹੈਗੇ ਨੇ ਜਿਹੜੇ ਮੈਂ ਹੁਣੀ ਤੁਹਾਨੂੰ ਆ ਦਿਖਾ ਕੇ ਹਟਾਂਗਾ। ਪੋਟਾਸ਼ੀਅਮ ਵਗੈਰਾ ਸਾਰਾ ਕੁਛ ਇਹਦੇ ਵਿੱਚ ਪਾਇਆ ਹੋਗਾ। ਅਗਰ ਤੁਸੀਂ ਇਹ ਸਾਰੇ ਚੱਕਰਵਾਈ 'ਚ ਨਹੀਂ ਪੈਣਾ, ਤੁਸੀਂ ਇਹ ਵੀ ਡਰਿੰਕ ਕਰ ਸਕਦੇ ਹੋਗੇ। ਪਰ ਇਹ ਹੈ ਕਿ ਹੁਣ ਜੇ ਤੁਸੀਂ 4-4 ਲੀਟਰ ਪੀ ਰਹੇ ਹੋਗੇ ਰੋਜ਼ ਦਾ ਪਾਣੀ, ਤਾਂ ਕਾਫੀ ਮਹਿੰਗਾ ਪੈਸਾ ਹੈ। ਦਿਸ ਇਜ਼ ਨੈਚੁਰਲ, ਚੀਪ, ਸੇਫ, ਨੋ ਕੈਲਰੀ ਆਪਸ਼ਨ। ਪਲੱਸ ਮੈਂ 0 ਕੈਲਰੀ ਵਾਲੇ ਜਿਵੇਂ ਕੋਕ ਹੁੰਦੇ, ਮੇਰਾ ਫੇਵਰਟ ਸਨਕਿਸਟ, ਮੈਂ 1 ਜਾਂ 2 ਦਿਹਾੜੀ 'ਚ ਇਹ ਪੀ ਲੈਂਦਾ। ਦੈਟ ਇਜ਼ ਕੰਪਲੀਟਲੀ ਸੇਫ, ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ। ਮਾੜੇ ਮੋਟੇ ਸਵੀਟਨਰ ਦਾ ਕੋਈ ਕੋਈ ਖਾਣਾ ਨਹੀਂ ਜਾ ਰਿਹਾ, ਸਵੀਟਨਰ ਨੇ ਉੱਥੇ ਕੀ ਕਰਨਾ ਹੈਗਾ। ਇਹ ਹੁੰਦਾ ਕਿ ਥੋੜ੍ਹਾ ਜਿਹਾ ਹੰਗਰ ਨੂੰ ਘਟਾ ਦਿੰਦਾ ਹੈਗਾ, ਥੋੜ੍ਹਾ ਜਿਹਾ ਮੂਡ ਸੈੱਟ ਬਣਿਆ ਰਹਿੰਦਾ ਹੈਗਾ। ਸੋ ਇਹ ਸੀ ਆਪਣਾ ਇਲੈਕਟ੍ਰੋਲਾਈਟ ਡਰਿੰਕ, ਤੁਸੀਂ ਪਾਣੀ ਦੇ ਵਿੱਚ ਪਾ ਕੇ ਪੀ ਸਕਦੇ ਹੋ ਜੋ ਤੁਸੀਂ ਪ੍ਰੋਲੋਂਗ ਫਾਸਟਿੰਗ ਕਰਦੇ ਹੋਗੇ। ਅਗਰ ਤੁਹਾਡਾ ਫਿਰ ਵੀ ਕੋਈ ਸਵਾਲ ਹੋਵੇ, ਤੁਸੀਂ ਕਮੈਂਟ ਕਰਿਓ, ਆਪਾਂ ਜਵਾਬ ਦੇਵਾਂਗੇ। ਥੈਂਕ ਯੂ।